ਸ਼੍ਰੀਕਾਲ ਜੀ ਸਤਿ ਸ਼੍ਰੀ ਅਕਾਲ ਸ਼੍ਰੀ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਰੁਪਿੰਦਰ ਕੌਰ ਰੁਪਿੰਦਰ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਸੂਰੋ ਪਿੰਡ ਤੋਂ ਸੂਰੋ ਪਿੰਡ ਤੋਂ ਇਹ ਤੁਹਾਡੀ ਬੈਸਟ ਫਰੈਂਡ ਹੈ ਜੀ ਹਾਂਜੀ ਸਾਰੀ ਬੈਸਟ ਫਰੈਂਡ ਇਹਦਾ ਨਾਮ ਕੀ ਹੈ ਜੀ ਸੰਜਨਾ ਵਾਲੀਆ ਸੰਜਨਾ ਵਾਲੀਆ ਉਹ ਕੀ ਰੱਖਿਆ ਜੀ ਉਹ ਜਿਹਦੇ ਨਾਲ ਸੰਜੂ ਰੱਖਿਆ ਹੋਇਆ ਸੰਜੂ ਨਾਮ ਤਾਂ ਐ ਰੱਖਿਆ ਜਿਵੇਂ ਸੰਜੂ ਜੂਸ ਬਾਰ ਵਾਲਾ ਹੁੰਦਾ ਅਗਲੇ ਦਾ ਕੀ ਨਾਮ ਹੈ ਜੀ ਉਹਦਾ ਨਾਮ ਰਮਨ ਹੈ ਰਮਨ ਉਹ ਕੀ ਰੱਖਿਆ ਜੀ ਛੇੜ ਕੀ ਪਾਈ ਹੈ ਉਹਦਾ ਨਾਮ ਰੈਮੀ ਰੱਖਿਆ ਹੋਇਆ ਰੈਮੀ ਓਏ ਹੋਏ ਰੈਮੀ 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 ਅਗਲੇ ਦਾ ਜੀ ਉਹ ਕੀ ਨਾਮ ਹੈ ਉਹ ਰੱਖਿਆ ਕੀ ਹੈ ਜੀ ਪਰਮ ਰੱਖਿਆ ਹੋਇਆ ਹੈ ਪਰਮ ਇਹ ਤਾਂ ਠੀਕ ਰੱਖ ਲਿਆ ਵੱਧ ਗਈ ਕਹਿੰਦੀ ਥੈਂਕ ਯੂ ਕੀ ਕੀ ਸ਼ੌਂਕ ਹੈ ਜੀ ਮੇਰੇ ਸ਼ੌਂਕ ਹੈਗੇ ਆ ਸਿੰਗਿੰਗ ਹਾਂਜੀ ਤੇ ਬਹੁਤ ਜ਼ਿਆਦਾ ਸਟੱਡੀ ਕਰਨਾ ਹੈ ਬਹੁਤ ਜ਼ਿਆਦਾ ਸਟੱਡੀ ਕਰਨਾ ਕਿੱਥੋਂ ਤੱਕ ਕਰਨੀ ਸਟੱਡੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿੱਥੇ ਤੱਕ ਜੀ ਵੀ ਪੜ ਪੜ ਕਮਲੇ ਹੋ ਜਾਣਾ ਹੈ ਜੀ ਇੰਨਾ ਚਾਹ ਕੇ ਹੋ ਜੀ ਪੜਨ ਦਾ ਮਨ ਤਾਂ ਹੋਇਆ ਨਹੀਂ ਮੁੰਡਿਆਂ ਨੂੰ ਕਿਉਂ ਨਹੀਂ ਚਾਹ ਹੁੰਦਾ ਜੀ ਪੜਨ ਦਾ ਮੁੰਡੇ ਕੁੜੀਆਂ ਪਿੱਛੇ ਪਾਗਲ ਹੋ ਜਾਂਦੇ ਆ ਮੁੰਡੇ ਪਿੱਛੇ ਪਾਗਲ ਹੋ ਜਾਂਦੇ ਆ ਕੁੜੀਆਂ ਪਿੱਛੇ ਫਿਰਦੇ ਨੇ ਐਸੀ ਲੈਕਚਰ ਲਾਉਂਦੀਆਂ ਨੇ ਮੁੰਡੇ ਕੁੜੀਆਂ ਪਿੱਛੇ ਤਾਂ ਫਿਰਦੇ ਜੀ ਕੁੜੀਆਂ ਪੜ ਜਾਂਦੀਆਂ ਜੀ ਹਾਂਜੀ ਉਹ ਫਿਰ ਮੁੰਡੇ ਦਾ ਵਿਆਹ ਹੋ ਜਾਂਦਾ ਮੁੰਡਾ ਸਿਕਿਓਰ ਹੋ ਜਾਂਦਾ ਹਨਾ ਇਹ ਦੋਵੇਂ ਪੜ ਜਾਣ ਫਿਰ ਔਖ ਹੋ ਜਾਂਦੇ ਮੁੰਡਿਆਂ ਦੀ ਇਹ ਸੋਚ ਹੈ ਕਿ ਕੁੜੀਆਂ ਕਮਾਣਗੀਆਂ ਅਸੀਂ ਵੇਲੇ ਬੈ ਕੇ ਖਾਲਾਂਗੇ ਹੋਰ ਕੀ ਮੁੰਡੇ ਫਿਰ ਰਾਜੇ ਬੇਟੇ ਹੁੰਦੇ ਨੇ ਰਾਜੇ ਨੂੰ ਜੱਗੇ ਖਾਲੇ ਜਿਸ ਹਾਂ ਨਾਲ ਕਹਿ ਰਹੇ ਹੋ ਰਾਜੇ ਤੇ ਅਸੀਂ ਵੀ ਰਾਣੀਆਂ ਫਿਰ ਮੈਂ ਤਾਂ ਕਹਿ ਨਹੀਂ ਵੀ ਤੁਸੀਂ ਰਾਣੀਆਂ ਨਹੀਂ ਹੈਗੀਆਂ ਇਹ ਫਿਰ ਠੀਕ ਹੈ ਪਰ ਜਿਸ ਹਾਂ ਨਾਲ ਇਹ ਕਹਿ ਰਹੀ ਹੈ ਵੀ ਮੁੰਡੇ ਭਖਾਰੀ ਹੈ ਇਹਦਾ ਤਾਂ ਨਹੀਂ ਵਿਆਹ ਹੁੰਦਾ ਰਾਜੇ ਬੇਟੇ ਮਤਲਬ ਕਿ ਪੋਚੇ ਪੁੱਚੇ ਮੁੰਡੇ ਮਾਰ ਗਏ ਫਿਰ ਅਸੀਂ ਪੈਸੇ ਦੇ ਦਾਂਗੇ ਫਿਰ ਤਾਂ ਪੈਸੇ ਦੇ ਦੋਗੇ ਨਾ ਫਿਰ ਸਾਡਾ ਕੰਮ ਕਰੂਗੇ ਸਾਡਾ ਦਾ ਕਿੱਥੇ ਜਾਣਾ ਹੋਊਗਾ ਦਹੀਂ 100 ਰੁਪਏ ਪੈਟਰੋਲ ਲਈ ਅੱਛਾ ਮੁੰਡੇ ਮੰਗਣ ਤਾਂ ਦੇਣਗੇ ਅਸੀਂ ਸਾਡੀ ਰੋਟੀ ਵਗੈਰਾ ਬਣਾਉਣ ਸਬਜ਼ੀ ਅਸੀਂ ਆਈਏ ਆਫਿਸ ਸਾਡੀ ਰੋਟੀ ਬਣੀ ਹੋਵੇ ਰੋਟੀ ਬਣੀ ਹੋਵੇ ਫਿਰ ਅਸੀਂ ਪੈਸੇ ਦੇਵਾਂਗੇ ਅਜੀ ਵੀ ਬੋਲਣਾ ਚਾਹਾਂਗੇ ਅਜੀ ਬੋਲੋ ਤੁਸੀਂ ਬੋਲੋ ਮੁੰਡੇ ਕੋਆਪਰੇਟਿਵ ਹੋਣੇ ਚਾਹੀਦੇ ਅਗਰ ਗਰਲਸ ਜੌਬ ਕਰਨਾ ਚਾਹੁੰਦੇ ਉਹਨਾਂ ਨੂੰ ਨਾਲ ਸਟੈਂਡ ਹੋਣ ਸਪੋਰਟ ਹੋਣਾ ਚਾਹੀਦਾ ਪੂਰਾ ਬਸ ਇਹ ਚੀਜ਼ ਹੋਣੀ ਚਾਹੀਦੀ ਹੈ ਲਾਈਫ ਵਿੱਚ ਇਹ ਸਿਆਣੀ ਰੱਖ ਲਈ ਵੱਡੀ ਹੈ ਵੱਡੀ ਠੀਕ ਹੈ ਇਹਦਾ ਕਰੋ ਛੇਤੀ ਕਰੋ ਇਹਦਾ ਵਿਆਹ ਹੋ ਰਿਹਾ ਵੀ ਹੈ ਹੋ ਗਿਆ ਹੋਰ ਵਾਲਾ ਬਹੁਤ ਵਧੀਆ ਜੀ ਤੁਸੀਂ ਕੀ ਲੈਣਾਓਗੇ ਜੀ ਅਸੀਂ ਪੈਰੈਂਟ ਟੱਪੇ ਆਓ ਤੁਸੀਂ ਟੱਪੇ ਟੱਪੇ ਗਾਓ ਤੁਹਾਡੇ ਫਿਉਂਸੇ ਪਤਾ ਨਹੀਂ ਹੋਣੇ ਕਿ ਨਹੀਂ ਹੋਣੇ ਅਗਲੀ ਜਗ੍ਹਾ ਹੋ ਗਿਆ ਕੰਮ ਚਲੋ ਜੀ ਜੀ ਕੋਈ ਚਰਖਾ ਗੋਂਦੀ ਨਾ ਜੀ ਕੋਈ ਚਰਖਾ ਡੋਂਦੀ ਨਾ ਕਪੂਰੂ ਦਾ ਚਿੱਤ ਨਾ ਲਗੇ ਮਾਡਲ ਤੁਸੀਂ ਮਾਡਲਿੰਗ ਕਰਨੀ ਹੈ ਜੀ ਠੀਕ ਹੈ ਜੀ ਜਮਾ ਰੈਂਪ ਦੇ ਉੱਤੇ ਠੀਕ ਹੈ ਤੁਸੀਂ ਵੱਡੇ ਮਾਡਲ ਬਣ ਗਏ ਜੀ ਬਹੁਤ ਤਗੜਾ ਪ੍ਰੋਗਰਾਮ ਹੈ ਰੈਂਪ ਤੇ ਚੱਲਣਾ ਜੀ ਠੀਕ ਹੈ ਠੀਕ ਹੈ ਮਾਡਲਿੰਗ ਕਰਨੀ ਹੈ ਜੀ ਫੁਕਰੀ ਵੀ ਮਾਰਨੀ ਹੈ ਜੀ ਬਿਲਕੁਲ ਬਿਲਕੁਲ ਉਹ ਤਾਂ ਹੈਗੀ ਉਹ ਤਾਂ ਹੈਗੀ ਫੁਕਰੀ ਹੈਗੀ ਹੈ ਬੜੀ ਬੜੀ ਪੂਰੇ ਕਾਲਜ ਵਿੱਚ ਫੁਕਰੀ ਕਹਿੰਦਾ ਸਾਰਾ ਕਾਲਜ ਫੁਕਰੀ ਕਹਿੰਦਾ ਜੀ ਚਲੋ ਕੁੜੀ ਮੰਨੀ ਤਾਂ ਸਹੀ ਚਲੋ ਜੀ ਬਹੁਤ ਵਧੀਆ ਜੀ।